ਦੋਸਤੋ, ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਸਾਰੇ ਹੀ ਜਾਣਦੇ ਹਾਂ ਕਿ ਗੈਂਗਸਟਰਾਂ ਦੀ ਦੁਨੀਆ ਦੇ ਵਿੱਚ, ਭਾਰਤ ਦੇ ਵਿੱਚ ਬਹੁਤ ਹੀ ਨਾਮੀ ਤੋਂ ਨਾਮੀ ਗੈਂਗਸਟਰ ਪੈਦਾ ਹੋਏ, ਡੌਨ ਪੈਦਾ ਹੋਏ, ਜਿਨ੍ਹਾਂ ਨੇ ਇੱਕ ਨਾਮ ਬਣਾ ਕਮਾਇਆ ਅਤੇ ਲੋਕਾਂ ਦੇ ਵਿੱਚ ਵੀ ਕਈਆਂ ਨੇ ਆਪਦੀ ਜਗ੍ਹਾ ਬਣਾਈ ਅਤੇ ਬਹੁਤ ਹੀ ਚਰਚਿਤ ਰਹੇ, ਅਤੇ ਜਿਨ੍ਹਾਂ ਨੇ ਇੱਕ ਮਾਫੀਆ ਫਾਊਂਡੇਸ਼ਨ ਦੇ ਨਾਮ ਦੇ ਉੱਤੇ, ਇੰਡੀਅਨ ਮਾਫੀਆ ਦੇ ਨਾਮ 'ਤੇ ਮਾਫੀਆ ਨੂੰ ਕਾਇਮ ਰੱਖਿਆ, ਅੰਡਰਵਰਲਡ ਨੂੰ ਮਜ਼ਬੂਤ ਕੀਤਾ ਅਤੇ ਇੱਕ ਗੈਂਗਸਟਰਾਂ ਲਈ ਇੱਕ ਉੱਭਰ ਕੇ ਅਤੇ ਉਹਨਾਂ ਦੀ ਸਪੋਰਟ ਦੇ ਤੌਰ 'ਤੇ ਬਣੇ, ਜੋ ਕਿ ਰਹਿੰਦੀ ਦੁਨੀਆ ਤੱਕ ਜਿਨ੍ਹਾਂ ਦੇ ਨਾਮ ਰਹਿਣਗੇ, ਅੱਜ ਅਸੀਂ ਤੁਹਾਨੂੰ ਜਾਣੂ ਕਰਵਾਵਾਂਗੇ। ਬਣੇ ਰਹੋ ਸਾਡੇ ਨਾਲ ਅਤੇ ਤੁਸੀਂ ਦੇਖ ਰਹੇ ਹੋ ਦੋਸਤੋ ਆਪਣਾ ਚੈਨਲ ਮੋਸਟ ਵਾਂਟਡ ਗੁਰੂ। ਪਲੀਜ਼ ਔਰ ਪਲੀਜ਼ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈੱਲ ਆਈਕਨ ਨੂੰ ਦਬਾਇਓ ਤਾਂ ਕਿ ਤੁਹਾਡੇ ਤੱਕ ਸਾਡੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਸਕੇ। ਅਤੇ ਦੋਸਤੋ, ਸਾਡੀ ਕੋਈ ਵੀ ਪੁਰਾਣੀ ਵੀਡੀਓ ਤੁਸੀਂ ਮਿਸ ਕੀਤੀ ਹੋਵੇ, ਉੱਪਰ ਆ ਰਹੇ ਕਾਰਡਸ ਨੂੰ ਤੁਸੀਂ ਸਿਲੈਕਟ ਕਰ ਸਕਦੇ ਹੋ ਅਤੇ ਸਾਡੀਆਂ ਪੁਰਾਣੀਆਂ ਵੀਡੀਓਜ਼ ਵੀ ਦੇਖ ਸਕਦੇ ਹੋ। ਇਹ ਨੇ ਦੋਸਤੋ ਆਪਣੇ ਵਰਧਾ ਰਾਜਨ ਮੁਦਾਲਈਅਰ, ਮੁੰਬਈ ਦਾ ਡੌਨ, ਜਿਸ ਨੂੰ ਚਾਹੁਣ ਵਾਲੇ ਵਰਧਾ ਬਾਈ ਕਹਿ ਕੇ ਵੀ ਬੁਲਾਉਂਦੇ ਸੀ। ਵਰਧਾ ਬਾਈ ਦਾ ਪਿਤਾ ਇੱਕ ਯੂਨੀਅਨ ਲੀਡਰ ਸੀ ਦੋਸਤੋ, ਅਤੇ ਜਿਸ ਨੂੰ ਇੱਕ ਸ਼ੂਟ ਆਊਟ 'ਚ ਪੁਲਿਸ ਨੇ ਮਾਰ ਦਿੱਤਾ ਸੀ। ਵਰਧਾ ਬਾਈ ਪਾਣੀ ਦੇ ਜਹਾਜ਼ਾਂ 'ਚੋਂ ਮਾਲ ਦੀ ਸਮਗਲਿੰਗ ਕਰਦਾ ਸੀ। ਵਰਧਾ ਬਾਈ ਇੱਕ ਧਾਰਵੀ ਨੂੰ ਇੱਕ ਧੰਦੇ ਦੇ ਤੌਰ 'ਤੇ ਮੁੱਖ ਅੱਡਾ ਬਣਾ ਲਿਆ ਸੀ। ਪੂਰੀ ਮੁੰਬਈ ਵਿੱਚ ਨਜਾਇਜ਼ ਸ਼ਰਾਬ ਅਤੇ ਸਮਗਲਿੰਗ ਦੇ ਨਾਲ ਮਸ਼ਹੂਰ ਸੀ ਵਰਧਾ ਬਾਈ, ਕਿਲਿੰਗ, ਐਕਸਟ੍ਰੋਸ਼ਨ, ਕਿਡਨੈਪਿੰਗ ਦੇ ਵਿੱਚ ਮਸ਼ਹੂਰ ਸੀ। ਅਤੇ ਇਹ ਨੇ ਦੋਸਤੋ ਆਪਣੇ ਅਰੁਣ ਗਵਲੀ, ਇਹਨਾਂ ਨੂੰ ਕੌਣ ਨਹੀਂ ਜਾਣਦਾ ਦੋਸਤੋ, 1990 ਦੇ ਦਹਾਕੇ ਦਾ ਡੌਨ ਅਰੁਣ ਗਵਲੀ, ਜਿਸ ਨੇ ਦੁੱਧ ਵੇਚਣ ਤੋਂ ਲੈ ਕੇ ਡੌਨ ਬਣਨ ਤੱਕ ਦਾ ਸਫ਼ਰ ਤੈਅ ਕੀਤਾ ਅਤੇ ਮੁੰਬਈ ਉੱਤੇ ਰਾਜ ਕੀਤਾ, ਜਿਸ ਨੂੰ ਸਭ ਡੈਡੀ ਦੇ ਨਾਮ ਨਾਲ ਜਾਣਦੇ ਸੀ, ਬੁਲਾਉਂਦੇ ਸੀ। ਅਤੇ ਇਹਨਾਂ ਦੀ ਇੱਕ ਵੱਖਰੀ ਹੀ ਪਛਾਣ ਸੀ, ਪੋਲੀਟੀਸ਼ੀਅਨ ਬਣੇ। ਇਹਨਾਂ ਦੀ ਜਿਹੜੀ ਚਾਲ ਸੀ, ਦਗੜੀ ਚਾਲ, ਜਿਸ ਨੂੰ ਇੱਕ ਕਿਲੇ ਦੇ ਤੌਰ 'ਤੇ ਲੋਕ ਜਾਣਦੇ ਸੀ, ਜਿਸ ਦੇ ਅੰਦਰ ਜਾਣ ਲਈ ਪਰਮਿਸ਼ਨ ਲੈਣੀ ਪੈਂਦੀ ਸੀ, ਉਹ ਚਾਰ ਚੁਫੇਰੇ ਆਪਦੇ ਪਰਸਨਲ ਸਿਕਿਉਰਿਟੀ ਗਾਰਡਾਂ ਨਾਲ ਘਿਰੀ ਰਹਿੰਦੀ ਸੀ ਅਤੇ ਉੱਥੋਂ ਹੀ ਬੈਠ ਕੇ ਇਹ ਆਪਣਾ ਅੰਡਰਵਰਲਡ ਚਲਾਉਂਦਾ ਸੀ ਅਤੇ ਉੱਥੋਂ ਹੀ ਇਸਨੇ ਆਪਣਾ ਦਹਿਸ਼ਤ ਦਾ ਨਾਮ ਫੈਲਾਇਆ ਸੀ। ਇਹ ਨੇ ਦੋਸਤੋ ਇੰਡੀਅਨ ਮਾਫੀਆ ਦੇ ਫਾਊਂਡਰ ਕਰੀਮ ਲਾਲਾ, ਜਿਨ੍ਹਾਂ ਨੇ ਮਾਫੀਆ ਨੂੰ ਉੱਚੇ ਲੈਵਲ ਤੱਕ ਅਤੇ ਉਸਨੂੰ ਔਰਗਨਾਈਜ਼ ਕੀਤਾ ਅਤੇ ਉਸਨੂੰ ਪਨਾਹ ਦਿੱਤੀ, ਬਣਾਇਆ। ਅਤੇ ਉਸ ਤੋਂ ਬਾਅਦ ਇਹ ਮੈਨੂੰ ਲੱਗਦਾ ਸਭ ਤੋਂ ਪਹਿਲੇ ਮਾਫੀਆ ਦੇ ਡੌਨ ਨੇ ਕਰੀਮ ਲਾਲਾ, ਜਿਨ੍ਹਾਂ ਨੇ ਮੁੰਬਈ ਦਾ ਪਹਿਲਾ ਡੌਨ ਵੀ ਕਿਹਾ ਜਾਂਦਾ, ਜਿਨ੍ਹਾਂ ਦੇ ਨਾਮ ਦੀ ਤੂਤੀ ਬੋਲਦੀ ਸੀ। ਇਹਨੇ ਦੋਸਤੋ ਆਪਣੇ ਹਾਜੀ ਮਸਤਾਨ, ਜਿਨ੍ਹਾਂ ਨੂੰ ਸੁਲਤਾਨ ਮਿਰਜ਼ਾ ਵੀ ਕਹਿੰਦੇ ਨੇ, ਇਹਨਾਂ ਨੂੰ ਵੀ ਮੁੰਬਈ ਦਾ ਪਹਿਲਾ ਡੌਨ ਕਹਿੰਦੇ ਸੀ, ਪਰ ਇਹ ਖੁਦ ਕਰੀਮ ਲਾਲਾ ਨੂੰ ਮੁੰਬਈ ਦਾ ਪਹਿਲਾ ਡੌਨ ਮੰਨਦੇ ਸੀ ਅਤੇ ਉਹਨਾਂ ਨੂੰ ਰੀਅਲ ਡੌਨ ਵੀ ਕਹਿੰਦੇ ਸੀ। ਹਾਜੀ ਮਸਤਾਨ ਨੇ ਬਾਲੀਵੁੱਡ ਇੰਡਸਟਰੀ ਨਾਲ ਨੂੰ ਅੰਡਰਵਰਲਡ ਨਾਲ ਜੋੜ ਕੇ ਰੱਖਿਆ ਅਤੇ ਖੁਦ ਫਿਲਮ ਮੇਕਰ ਅਤੇ ਪੋਲੀਟੀਸ਼ੀਅਨ ਅਤੇ ਡੌਨ ਦੇ ਨਾਮ ਨਾਲ ਮਸ਼ਹੂਰ ਰਹੇ। ਕਈ ਫਿਲਮ ਹਸਤੀਆਂ ਇਸ ਡੌਨ ਦੇ ਘਰ ਸਜਦਾ ਕਰਨ ਆਉਂਦੀਆਂ ਅਤੇ ਡੌਨ ਮਦਦ ਵੀ ਕਰਦਾ। ਹਾਜੀ ਮਸਤਾਨ ਗਰੀਬਾਂ ਅਤੇ ਲੋੜਵੰਦਾਂ ਦੀ ਬਹੁਤ ਮਦਦ ਕਰਦਾ ਸੀ। ਵੰਸ ਅਪੋਨ ਏ ਟਾਈਮ ਆਪਣੇ ਅਜੇ ਦੇਵਗਨ ਦੀ ਮੂਵੀ ਇਹਨਾਂ ਦੇ ਉੱਤੇ ਹੀ ਨਿਰਭਰ ਬਣਾਈ ਹੋਈ ਆ। ਸੁਲਤਾਨ ਮਿਰਜ਼ਾ ਦਾ ਰੋਲ ਅਜੇ ਦੇਵਗਨ ਨੇ ਨਿਭਾਇਆ ਹੋਇਆ, ਔਰ ਰੀਅਲ ਸਟੋਰੀ ਆ ਦੋਸਤੋ ਇਹਨਾਂ ਦੀ, ਬਿਲਕੁਲ ਰੀਅਲ ਆ। ਇਹ ਇੱਦਾਂ ਦਾ ਹੀ ਕਰੈਕਟਰ ਸੀ ਇਹਨਾਂ ਦਾ, ਹਾਜੀ ਮਸਤਾਨ ਜੀ ਦਾ, ਜੋ ਕਿ ਗਰੀਬਾਂ ਦੇ ਮਸੀਹਾ ਬਣ ਕੇ ਰਹੇ ਸਾਰੀ ਜ਼ਿੰਦਗੀ। ਇਹਨੇ ਦੋਸਤੋ ਟਾਈਗਰ ਮੈਮਨ, ਮੈਮਨ ਪਰਿਵਾਰ 'ਚੋਂ ਸਾਰਨੋਂ ਵੱਡੇ ਭਰਾ ਟਾਈਗਰ ਮੈਮਨ, ਜਿਨ੍ਹਾਂ ਨੇ ਆਪਣੇ 1993 ਮੁੰਬਈ ਧਮਾਕਿਆਂ ਦੇ ਵਿੱਚ ਬਹੁਤ ਹੀ ਵੱਡਾ ਯੋਗ ਸੀ ਇਹਨਾਂ ਦਾ, ਅਤੇ ਇਹਨਾਂ ਦਾ ਭਰਾ ਯਾਕੂਬ ਮੈਮਨ ਫੜਿਆ ਗਿਆ ਸੀ। ਪੁਲਿਸ ਦੀ ਜਾਣਕਾਰੀ ਅਨੁਸਾਰ ਇਹ ਧਮਾਕਾ ਟਾਈਗਰ ਮੈਮਨ ਦੀ ਘਰਵਾਲੀ ਅਤੇ ਸਾਲੀ ਦਾ ਵੀ ਹੱਥ ਸੀ ਇਸ ਧਮਾਕੇ ਦੇ ਵਿੱਚ ਦੋਸਤੋ, ਅਤੇ ਬਾਅਦ ਵਿੱਚ ਇਹ ਪਾਕਿਸਤਾਨ ਭੱਜ ਗਿਆ ਸੀ।
ਇਹ ਹੈ ਦੋਸਤੋ ਛੋਟਾ ਰਾਜਨ। ਛੋਟਾ ਰਾਜਨ ਨੂੰ ਦੋਸਤੋ ਕੌਣ ਨਹੀਂ ਜਾਣਦਾ, ਕਿਸੇ ਸਮੇਂ ਦਾਊਦ ਦੀਆਂ ਬਾਹਾਂ ਬਣ ਕੇ ਰਹਿਣ ਵਾਲਾ ਛੋਟਾ ਰਾਜਨ ਬੰਬੀ ਧਮਾਕਿਆਂ ਤੋਂ ਬਾਅਦ ਅਲੱਗ ਹੋ ਗਿਆ ਅਤੇ ਦਾਊਦ ਦਾ ਕੱਟੜ ਦੁਸ਼ਮਣ ਬਣ ਗਿਆ। ਛੋਟਾ ਰਾਜਨ ਅਤੇ ਦਾਊਦ ਦੇ ਵਿੱਚ ਬਹੁਤ ਹੀ ਜ਼ਿਆਦਾ ਦੁਸ਼ਮਣੀ, ਗਹਿਰੀ ਦੁਸ਼ਮਣੀ ਪੈਦਾ ਹੋ ਗਈ ਸੀ ਅਤੇ ਦਾਊਦ ਨੇ ਕਈ ਵਾਰ ਇਸ ਦੇ ਉੱਤੇ ਛੋਟਾ ਰਾਜਨ ਦੇ ਉੱਤੇ ਅਟੈਕ ਵੀ ਕਰਾਇਆ। ਅਤੇ 25 ਅਕਤੂਬਰ 2015 ਨੂੰ ਇੰਡੋਨੇਸ਼ੀਆ ਪੁਲਿਸ ਨੇ ਛੋਟਾ ਰਾਜਨ ਨੂੰ ਅਰੈਸਟ ਕਰ ਲਿਆ ਸੀ ਅਤੇ ਭਾਰਤ ਦੇ ਵਿੱਚ ਇਸ ਦੇ ਉੱਤੇ ਬਹੁਤ ਹੀ ਜ਼ਿਆਦਾ ਕੇਸ ਨੇ। 65-70 ਕੇਸ ਤਾਂ ਇੱਕ ਥਾਣੇ ਦੇ ਵਿੱਚ ਦੱਸੇ ਜਾ ਰਹੇ ਨੇ। ਇਹ ਨੇ ਦੋਸਤੋ ਅੱਬੂ ਸਲੀਮ, ਭਾਰਤ ਦਾ ਨਾਮੀ ਗੈਂਗਸਟਰ ਅੱਬੂ ਸਲੀਮ। 1993 ਮੁੰਬਈ ਬੰਬ ਧਮਾਕਿਆਂ ਵਿੱਚ ਇਹਨਾਂ ਦਾ ਸਭ ਤੋਂ ਵੱਡਾ ਹੱਥ ਰਿਹਾ ਅਤੇ ਇੱਕ ਸਮੇਂ ਵਿੱਚ ਅੱਬੂ ਨੂੰ ਦਾਊਦ ਦਾ ਰਾਈਟ ਹੈਂਡ ਵੀ ਮੰਨਿਆ ਜਾਂਦਾ ਸੀ। ਅੱਬੂ ਸਲੀਮ ਬਾਲੀਵੁੱਡ ਸਿਤਾਰਿਆਂ ਤੋਂ ਜਬਰੀ ਵਸੂਲੀ ਕਰਦਾ ਸੀ। ਅੱਬੂ ਸਲੀਮ ਦਾ ਨਾਮ ਕਈ ਸਿਤਾਰਿਆਂ ਨਾਲ ਵੀ ਜੁੜਿਆ। ਅਤੇ ਦੋਸਤੋ ਤੁਹਾਨੂੰ ਦੱਸ ਦਈਏ, ਸੰਜੇ ਦੱਤ ਦੇ ਘਰ ਦੇ ਵਿੱਚ ਜੋ ਹਥਿਆਰ ਪ੍ਰਾਪਤ ਹੋਏ ਸੀ, ਮਿਲੇ ਸੀ, ਉਹ ਵੀ ਅੱਬੂ ਸਲੀਮ ਦੇ ਜ਼ਰੀਏ ਹੀ, ਅੱਬੂ ਸਲੀਮ ਨੇ ਹੀ ਸੰਜੇ ਦੱਤ ਦੇ ਘਰ ਪਹੁੰਚਾਏ ਸੀ। ਬਾਲੀਵੁੱਡ ਇੰਡਸਟਰੀ ਦੇ, ਮਿਊਜ਼ਿਕ ਇੰਡਸਟਰੀ ਦੇ ਨਾਮਵਰ ਚਰਚਿਤ ਅਤੇ ਟੀਵੀ ਸੀਰੀਜ਼ ਕੰਪਨੀ ਦੇ ਮਾਲਕ ਗੁਲਸ਼ਨ ਗਰੋਵਰ ਦੀ ਹੱਤਿਆ ਦੇ ਲਈ ਵੀ ਅੱਬੂ ਸਲੀਮ ਹੀ ਜ਼ਿੰਮੇਵਾਰ ਦੱਸਿਆ ਗਿਆ ਸੀ। ਦੋਸਤੋ ਇਹ ਨੇ ਦੋਸਤੋ ਆਪਣੇ ਗੈਂਗਸਟਰ ਰਵੀ ਪੁਜਾਰੀ, ਬਾਲਾਜੰਡੀ ਦੀ ਹੱਤਿਆ ਤੋਂ ਮਸ਼ਹੂਰ ਹੋਇਆ ਅਤੇ ਬਾਅਦ ਵਿੱਚ ਛੋਟਾ ਰਾਜਨ ਗੈਂਗ ਦੇ ਵਿੱਚ ਸ਼ਾਮਿਲ ਹੋ ਗਿਆ ਸੀ। ਇਹ ਛੋਟਾ ਰਾਜਨ ਹੁਣ ਆਸਟ੍ਰੇਲੀਆ ਦੇ ਵਿੱਚ ਐਕਸਟੋਰਸ਼ਨ, ਕਿਡਨੈਪਿੰਗ, ਕਿਲਿੰਗ ਅਤੇ ਬਾਲੀਵੁੱਡ ਸਿਤਾਰਿਆਂ ਨੂੰ ਧਮਕੀਆਂ ਦਿੰਦਾ ਅਤੇ ਉਹਨਾਂ ਤੋਂ ਪੈਸੇ ਇਕੱਠੇ ਕਰਦਾ। ਦੋਸਤੋ ਸਲਮਾਨ ਖਾਨ, ਸ਼ਾਹਰੁਖ ਖਾਨ ਅਤੇ ਹੋਰ ਕਈਆਂ ਨੂੰ ਇਹਨੇ ਧਮਕੀਆਂ ਦਿੱਤੀਆਂ ਨੇ। ਦੋਸਤੋ ਇਹ ਹੈ ਨਾਮਵਰ ਗੈਂਗਸਟਰ ਡੌਨ ਛੋਟਾ ਸ਼ਕੀਲ। ਇਸ ਨੂੰ ਕੌਣ ਨਹੀਂ ਜਾਣਦਾ ਦੋਸਤੋ। ਕਿਸੇ ਸਮੇਂ ਛੋਟਾ ਰਾਜਨ ਰਾਈਟ ਹੈਂਡ ਮੰਨਿਆ ਜਾਂਦਾ ਸੀ ਦਾਊਦ ਦਾ। ਜਦੋਂ ਛੋਟਾ ਰਾਜਨ ਅਤੇ ਦਾਊਦ ਦੇ ਵਿੱਚ ਫਰਕ ਪੈ ਗਿਆ, ਕੱਟੜ ਦੁਸ਼ਮਣ ਬਣ ਗਏ, ਉਸ ਤੋਂ ਬਾਅਦ ਛੋਟਾ ਰਾਜਨ ਦੀ ਜਗ੍ਹਾ ਛੋਟਾ ਸ਼ਕੀਲ ਨੇ ਲੈ ਲਈ ਅਤੇ ਹੁਣ ਛੋਟਾ ਸ਼ਕੀਲ ਦਾਊਦ ਦਾ ਰਾਈਟ ਹੈਂਡ ਬਣਿਆ ਹੋਇਆ ਅਤੇ ਛੋਟਾ ਰਾਜਨ ਦਾ ਵੀ ਕੱਟੜ ਦੁਸ਼ਮਣ ਬਣਿਆ ਹੋਇਆ। ਇਹ ਆ ਦੋਸਤੋ ਮੁੰਬਈ ਦਾ ਅਤੇ ਭਾਰਤ ਦਾ ਮੋਸਟ ਵਾਂਟਡ ਔਨ ਦਾਊਦ ਇਬਰਾਹਿਮ। ਦੋਸਤੋ ਇਸ ਨੂੰ ਕੌਣ ਨਹੀਂ ਜਾਣਦਾ ਜੋ ਭਾਰਤ ਦਾ ਮੋਸਟ ਵਾਂਟਡ ਔਨ ਆ। ਪਾਕਿਸਤਾਨ ਦੇ ਵਿੱਚ ISI ਦੀ ਪਨਾਹ ਦੇ ਵਿੱਚ ਰਹਿ ਰਿਹਾ। ਦੋਸਤੋ ਤੁਹਾਨੂੰ ਦੱਸ ਦਈਏ, ਇੱਕ ਵਾਰ 2013 ਦੇ ਵਿੱਚ ਰੋ ਨੇ ਇਸ ਨੂੰ ਇਨਕਾਊਂਟਰ ਕਰਨ ਦੀ ਵੀ ਪਲੈਨਿੰਗ ਕਰ ਲਈ ਸੀ ਅਤੇ ਕਿਸੇ ਨਾ ਕਿਸੇ ਤਰੀਕੇ ਦਾਊਦ ਤੱਕ ਇਹ ਖਬਰ ਪਹੁੰਚ ਗਈ ਸੀ, ਤਾਂ ਕਰਕੇ ਉਸ ਇਨਕਾਊਂਟਰ ਨੂੰ ਰੋਕ ਦਿੱਤਾ ਗਿਆ ਸੀ। ਉਸ ਦੇ ਲਈ ਇਹਨਾਂ ਨੇ 9 ਸੁਪਰ ਬੋਇਸ ਇਕੱਠੇ ਕੀਤੇ ਸੀਗੇ ਰੋ ਨੇ। ਅਤੇ ਇਸ ਦੇ ਵਿੱਚ ਦੋਸਤੋ ਆਪਣੇ ਬਾਹਰਲੀਆਂ ਏਜੰਸੀਆਂ ਨੇ ਰੋ ਦੀ ਬਹੁਤ ਮਦਦ ਕੀਤੀ ਸੀ। ਤੁਹਾਨੂੰ ਦੱਸ ਦਈਏ, ਕਈ ਬੰਬ ਧਮਾਕਿਆਂ ਦੇ ਪਿੱਛੇ ਦਾਊਦ ਦਾ ਹੱਥ ਸੀ ਅਤੇ ਇਹ ਬਾਹਰੋਂ ਬੈਠ ਕੇ ਆਪਦਾ ਨੈੱਟਵਰਕ ਚਲਾਉਂਦਾ ਅਤੇ ਹੁਣ ਇਸ ਦਾ ਨੈੱਟਵਰਕ ਕਈ ਦੇਸ਼ਾਂ ਦੇ ਵਿੱਚ ਫੈਲਿਆ ਹੋਇਆ। ਦੋਸਤੋ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ, ਲਾਈਕ ਕਰਿਓ, ਸ਼ੇਅਰ ਕਰੋ, ਕਮੈਂਟ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ